ਦੇਖੋ ਜੀ, ਨਸ਼ਾ ਜਿਹੜਾ ਆ ਇਹਦਾ ਇੱਕੋ ਇੱਕ ਹੱਲ ਆ ਕਿ ਸਭ ਤੋਂ ਪਹਿਲਾਂ ਸਾਡੇ 'ਚ ਅਵੇਅਰਨੈਸ ਆਉਣੀ ਚਾਹੀਦੀ ਹੈ। ਜਦੋਂ ਸਾਨੂੰ ਪਤਾ ਹੋਊਗਾ ਕਿ ਇਹਦੇ ਸਾਈਡ ਇਫੈਕਟ ਕੀ ਨੇ ਜਾਂ ਸਾਨੂੰ ਨੁਕਸਾਨ ਕੀ ਨੇ, ਤੇ ਫਿਰ ਜੇ ਸਾਡੇ ਅਵੇਅਰਨੈਸ ਆ ਤੇ ਫਿਰ ਅਸੀਂ ਇਹ ਤੋਂ ਬਚਾਂਗੇ। ਇਹਦੀ ਸਭ ਤੋਂ ਪਹਿਲਾਂ ਇਹਦੇ ਲਈ ਅਵੇਅਰਨੈਸ ਹੀ ਜ਼ਰੂਰੀ ਹੈ। ਬੱਚਿਆਂ ਨੂੰ, ਸਟੂਡੈਂਟ ਨੂੰ, ਜਿੰਨੇ ਵੀ ਹੈ, ਉਹਨਾਂ ਨੂੰ ਅਵੇਅਰਨੈਸ ਚਾਹੀਦੀ ਹੈ ਕਿ ਇਹ ਚੀਜ਼ ਕੀ ਹੈ, ਨਸ਼ਾ ਕੀ ਹੈ, ਇਹਦੇ ਸਾਈਡ ਇਫੈਕਟ ਕੀ ਹੈ, ਇਹਦੇ ਨੁਕਸਾਨ ਸਾਨੂੰ ਕੀ ਨੇ। ਅੱਜ ਇਸ ਤਰੀਕੇ ਤੁਸੀਂ ਐਨਸੀਸੀ ਦੇ ਵਿਦਿਆਰਥੀਆਂ ਨੂੰ ਕਾਨਫਰੰਸ ਦਿੱਤੀ ਹੈ, ਇਸ ਤਰੀਕੇ ਦੀਆਂ ਕਿੰਨੀਆਂ ਕਾਨਫਰੰਸਾਂ ਦੀ ਲੋੜ ਹੈ ਤਾਂ ਜੋ ਕਿ ਯੂਥ ਨੂੰ ਇਸ ਨਸ਼ੇ ਤੋਂ ਬਚਾਇਆ ਜਾ ਸਕੇ? ਦੇਖੋ ਜੀ, ਜੇ ਆਪਾਂ ਕਾਉਂਸਲਿੰਗ ਦੀ ਕਾਊਂਟਿੰਗ ਕਰੀਏ, ਮੈਂ ਕਹਿੰਦਾ ਜਿੰਨੀ ਵੀ ਕਾਉਂਸਲਿੰਗ ਇਸ ਮੈਟਰ ਤੇ ਹੋਵੇ ਘੱਟ ਹੈ, ਕਿਉਂਕਿ ਸਾਡਾ ਜਿਹੜਾ ਪੰਜਾਬ ਹੈ ਬੁਰੀ ਤਰ੍ਹਾਂ ਨਸ਼ੇ ਦੇ ਗ੍ਰਿਫਤ ਵਿੱਚ ਆ ਚੁੱਕਾ ਹੈ। ਪੰਜਾਬ ਕੀ ਪੂਰਾ ਭਾਰਤ ਹੀ ਆ ਚੁੱਕਾ ਹੈ। ਕੰਨਿਆਕੁਮਾਰੀ ਤੋਂ ਲੈ ਕੇ J&K ਤੱਕ ਮੇਰੇ ਖਿਆਲ 'ਚ ਕੋਈ ਯੂਨੀਵਰਸਿਟੀ, ਕੋਈ ਇੰਸਟੀਟਿਊਟ ਬਚਿਆ ਨਹੀਂ ਜਿਹਦੇ ਵਿੱਚ ਨਸ਼ਾ ਨਾ ਹੋਵੇ ਜਾਂ ਕੋਈ ਡਰਗ ਐਡਿਕਸ਼ਨ ਜਿਹੜੇ ਆ ਨਾ ਹੋਣ। ਤੇ ਬਸ ਮੇਨ ਹੈ ਕਿ ਜਿੰਨੀ ਕਾਉਂਸਲਿੰਗ ਇਹਦੇ ਬਾਰੇ ਟੀਚਰਸ ਔਰ ਜਿੰਨੇ ਵੀ ਸੋਸ਼ਲ ਵਰਕਰ ਹੈ ਤਾਂ ਜਾਂ ਜੋ ਵੀ ਆਫਿਸ ਸਾਹਿਬਾਨ ਹੈਗੇ ਆ, ਉਹਨਾਂ ਨੂੰ ਕਰਨੀ ਚਾਹੀਦੀ ਹੈ ਆਪਣੇ ਸਟੂਡੈਂਟ, ਆਪਣੇ ਗਿਡਰ ਨੂੰ, ਤਾਂ ਕਰਕੇ ਇਹਦਾ ਹੱਲ ਹੋ ਸਕਦਾ। ਅਦਰਵਾਈਜ਼ ਦਾ ਕੋਈ ਸਲਿਊਸ਼ਨ ਇਹਦਾ ਹੈ ਨਹੀਂ।